ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨੂੰ ਦਰਸਾਉਂਦੀਆਂ ਕੁਝ ਪੰਕਤੀਆਂ ਦੀ ਵਿਆਖਿਆ ਆਪਣੀ ਤੁੱਛ ਬੁੱਧੀ ਅਨੁਸਾਰ ਕਰਨ ਲੱਗਾ ਹਾਂ ਜੀ। ਅਸੀਸ ਬਖਸ਼ੋ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਸੋਹਣਾ ਦ੍ਰਿਸ਼ਟਾਂਤ ਦਿੰਦਿਆਂ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਅਰਥਾਤ ਉਹ ਸੱਚਾ ਗੁਰੂ ਸਤਿਗੁਰ, ਉਹ ਪੂਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਹੋਏ ਹਨ, ਜਿਨ੍ਹਾਂ ਦੇ ਪ੍ਰਗਟ ਹੋਣ ਨਾਲ ਚੁੱਪ ਖੰਡਵਾਦੀ ਕਰਮ ਕਾਂਡੀ ਧੁੰਦ ਜੋ ਜਗ ਉੱਤੇ ਉਸ ਵੇਲੇ ਪਸਰੀ ਹੋਈ ਸੀ ਉਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਮਿਟ ਗਈ ਹੈ। ਜਿਵੇਂ ਕਿ ਆਕਾਸ਼ 'ਚ ਚਾਹੇ ਜਿੰਨੇ ਮਰਜ਼ੀ ਤਾਰੇ ਚੜੇ ਹੋਣ, ਚਾਹੇ ਉਹਨਾਂ ਦਾ ਪ੍ਰਕਾਸ਼ ਜਿੰਨਾ ਮਰਜ਼ੀ ਹੋਵੇ ਪਰ ਸੂਰਜ ਦੇ ਸਾਹਮਣੇ ਉਹਨਾਂ ਦਾ ਪ੍ਰਕਾਸ਼ ਫਿੱਕਾ ਪੈ ਜਾਂਦਾ ਹੈ। ਜਿਵੇਂ ਕਿ ਸੂਰਜ ਦੇ ਚੜਨ ਨਾਲ ਆਕਾਸ਼ ਵਿੱਚ ਜਿਹੜੀ ਧੁੰਦ ਹੁੰਦੀ ਹੈ ਉਹ ਮਿਟ ਜਾਂਦੀ ਹੈ, ਉਵੇਂ ਹੀ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਪਖੰਡਵਾਦੀ ਧੁੰਦ ਉੱਡ ਗਈ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਜੇ ਸੋਚਣ ਦਾ ਉਗਵਹਿ ਸੂਰਜ ਚੜੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਕੁੰਭ ਕਾ ਪੱਦਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਪੱਦਾ ਮਨ ਰਹਿ ਗੁਰਬਿਨ ਗਿਆਨ ਨਾ ਹੋਏ। ਅੱਗੇ ਭਾਈ ਸਾਹਿਬ ਭਾਈ ਲਿਖਦੇ ਹਨ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ। ਜਿੱਦਾਂ ਕਿ ਸ਼ੇਰ ਦੀ ਗਰਜ ਸੁਣ ਕੇ ਜੰਗਲ ਵਿੱਚ ਮਿਰਗ ਅਰਥਾਤ ਹਿਰਣ ਅਤੇ ਹੋਰ ਜਾਨਵਰ ਲੁੱਕ ਛਿਪ ਜਾਂਦੇ ਹਨ, ਉਵੇਂ ਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਪਖੰਡਵਾਦੀ ਲੋਕ ਦਿਸਣੋਂ ਹਟ ਗਏ ਸਨ। ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਪ੍ਰਚਾਰ ਕੀਤਾ ਉੱਥੇ ਉੱਥੇ ਪਖੰਡਵਾਦੀ ਲੋਕ ਜਿਸਨੂੰ ਹਟ ਗਏ, ਉੱਥੇ ਪਖੰਡਵਾਦ ਬਿਲਕੁਲ ਖਤਮ ਹੋ ਗਿਆ ਅਤੇ ਸੱਚੇ ਪ੍ਰਮਾਤਮਾ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਅਤੇ ਭਜਨ ਬੰਦਗੀ ਹੋਣ ਲੱਗ ਪਈ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੈ ਕੋਆ, ਜਿੰਨੇ ਵੀ ਤੀਰਥ ਅਸਥਾਨ ਸਨ ਉੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਪੂਰੀ ਤਰ੍ਹਾਂ ਫੈਲ ਗਿਆ ਸੀਗਾ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੋਆ, ਹਰ ਘਰ ਵਿੱਚ ਉਸ ਸੱਚੇ ਵਾਹਿਗੁਰੂ ਦੀ ਉਸ ਪਰਮਾਤਮਾ ਦੀ ਭਜਨ ਬੰਦਗੀ ਅਤੇ ਸਿਫਤ ਸਲਾਹ ਹੋਣ ਲੱਗ ਪਈ ਸੀ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਬਾਬੇ ਤਾਰੇ ਚਾਰ ਚੱਕ, ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਪਸ਼ਟ ਕਰਦੇ ਹੋਏ ਕਹਿੰਦੇ ਹਨ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਗੁਰਮੁਖ ਇਸ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਹੋਏ ਹਨ, ਜਿਨ੍ਹਾਂ ਨੇ ਪ੍ਰਗਟ ਹੋਣ ਨਾਲ ਜੋ ਪਖੰਡਵਾਦੀ ਧੁੰਦ ਸੀ ਉਹ ਤਾਂ ਉੱਡ ਗਈ ਪਰ ਜੋ ਚਾਰ ਪਾਸੇ ਸੀ ਦੁਨੀਆ ਦੇ ਅਤੇ ਨੌ ਖੰਡ ਸੀ ਉਹ ਵੀ ਟਲ ਗਏ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਆ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੈ ਕੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੋਆ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਾਧ ਸੰਗਤ ਜੀ, ਬਾਣੀ ਤਾਂ ਅਗਾਧ ਬੋਧ ਹੈ, ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ। ਅਣਜਾਣ ਬੱਚਾ ਜਾਣ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਧ ਸੰਗਤ ਜੀ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।